साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पाटला कग्गा सड़क ते प्रेम सिंह वाला मोड़ ते पलटिया ट्राला, जानी नुकसान तों बचाव। बाद दे तहत 3 बजे दे करीब पाटला तों पटियाला वल जा रिहा समान नाल भरिया ट्राला पिंड प्रेम सिंह वाला मोड़ ते पलट गया। इस वापरे हादसे कारण किसी तरह के जानी नुकसान तो बचा रहा, पर ट्राला अते ट्राले विच भरिया माल तहस नहस हो गया। इस सड़क ते बने तिकोने मोड़ कारण पहलां भी कई हादसे वापर चुके ने। ट्रक विच समान लैके जा रहे व्यक्ति ने दसिया कि वह इंदौर तो समान लैके लुधियाना जा रहे सन, तां घट रफ्तार होण दे बावजूद मोड़ कट्टण समय ट्राला बेकाबू होके पलट गया। इस मोड़ ते किसी तरह का कोई संकेतक बोर्ड, स्पीड ब्रेकर या लाइटां का कोई प्रबंध ना होने कारण इस तरह के हादसे वापर रहे ने। उन्हां मांग कीती कि आने वाले सर्दी के मौसम नूं वेखते हुए इस मोड़ नूं ठीक किया जाए, जां स्पीड ब्रेकर या लाइटां लाईआं जाण तां जो आने वाले समय विच ਕਿਸੇ ਤਰ੍ਹਾਂ ਦੇ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਰੋਕਿਆ ਜਾ ਸਕੇ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਜਿਹੜਾ ਆਪਣਾ ਘੱਗੇ ਨੂੰ ਜਾਂਦਾ ਜੀ ਸਮਾਣੇ ਤੋਂ ਪਾਤੜਾ ਦਾ ਮੇਨ ਰੋਡ ਹੈ, ਇਹ ਗੱਡੀ ਉੱਥੋਂ ਆ ਰਹੀ ਸੀ, ਸਪੀਡ ਨਹੀਂ ਹੈਗੀ ਤੇ ਇੰਨੀ, ਮੰਨ ਲਓ ਵੀ ਬੈਲੈਂਸ ਵਿਗੜ ਜਾਂਦਾ, ਮੋੜ ਬਹੁਤ ਖਤਰਨਾਕ ਹੈ, ਬ੍ਰੇਕਰ ਨਹੀਂ ਹੈਗੇ ਦੋਵੇਂ ਪਾਸੇ ਤੇ, ਇੰਡੀਕੇਟਰ ਵੀ ਨਹੀਂ ਹੈਗਾ ਜੀ ਕੋਈ ਦੋਵੇਂ ਸਾਈਡਾਂ ਤੇ, ਵੀ ਬੰਦਾ ਕੋਈ ਸਿਗਨਲ ਦੇਖ ਲੇ ਇਹਦਾ ਵੀ ਮੋੜ ਖਤਰਨਾਕ ਹੈ। ਡਰਾਈਵਰ ਨੂੰ ਕੀ ਪਤਾ ਲੱਗੂ, ਜਿਹੜਾ ਅਣਜਾਣ ਹੁਣ ਪਹਿਲੀ ਵਾਰੀ ਆ ਰਿਹਾ ਬੰਦਾ, ਉਹ ਤਾਂ ਨਜ਼ਰ ਹੀ ਨਹੀਂ ਆਉਂਦਾ ਵੀ ਇੱਧਰ ਮੋੜ ਹੈ, ਜੇ ਤਾਂ ਕੋਈ ਸਾਈਨ ਬੋਰਡ ਹੋਵੇ ਬੰਦਾ ਖਤਰਨਾਕ ਮੋੜ ਦਾ ਤਾਂ ਵੀ ਬੰਦਾ ਦੇਖ ਲੈਂਦਾ ਜੀ। ਕੀ ਹੋਣਾ ਚਾਹੀਦਾ ਇੱਥੇ ਵੈਸੇ? ਵੈਸੇ ਉਹ ਬ੍ਰੇਕਰ ਬਣਨੇ ਚਾਹੀਦੇ ਨੇ ਦੋਵੇਂ ਸਾਈਡ ਤੇ, ਜਿਹਦੇ ਬ੍ਰੇਕਰ ਹੋਣੇ ਚਾਹੀਦੇ ਨੇ, ਬ੍ਰੇਕਰਾਂ ਤੋਂ ਬੰਦਾ ਗੱਡੀ ਸਲੋ ਕਰੇ ਤਾਂ ਗੱਡੀ ਸਲੋ ਮੁੜ ਜਾਈ ਇੱਥੋਂ ਜੀ। ਉਹ ਮੁੰਡੇ ਦੇ ਡਰਾਈਵਰ ਦੇ ਹਲਕੀ ਫੁਲਕੀ ਲੱਗੀ, ਇੱਕ ਦੇ ਪੈਰ ਤੇ ਲੱਗੀ ਆ, ਪਹਿਲਾਂ ਹੀ ਲੱਗਿਆ ਰਹਿ ਗਿਆ ਜੀ, ਗੱਡੀ ਫਟ ਗਈ। ਇਹ ਪਟਿਆਲੇ ਕਨੀ ਜਾ ਰਹੀ ਸੀ ਗੱਡੀ, ਆਪਣੀ ਪਾਤੜਾ ਕਨੀ ਆਈ ਸੀ, ਇਹ ਮੋੜ ਜ਼ਿਆਦਾ ਤੇਜ਼ ਫੜ ਤਾਂ ਦੇਖ ਲਓ ਕਿਤਨਾ ਸਾ, ਇਹਦੋ ਗੱਡੀ ਦੇ ਡਰਾਈਵਰ ਨੇ ਮਿਹਨਤ ਬਹੁਤ ਕਰੀ ਹੈ ਬਚਾਉਣ ਖਾਤਰ, ਗੱਡੀ ਤੋਂ ਲੁਧਿਆਣਾ ਜਾ ਰਹੀ ਸੀ, ਦੌਰ ਸੇ ਆਈ ਐਮਪੀ, ਤਾਂ ਤਾਂ ਗੱਡੀ ਤੋਂ ਕੁਝ ਬਚਿਆ ਨਹੀਂ, ਬੰਦਿਆਂ ਦਾ ਠੀਕ ਹੈ, ਚੋਕ ਬ੍ਰੇਕਰ ਹੋ ਜਾਏ ਤੋ ਵੀ ਕੰਮ ਚੱਲ ਜਾਏ, ਇਹ ਤਾਂ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਸਭ ਦੀ ਕਮਜ਼ੋਰੀ ਹੈ, ਗਲਤੀ ਹੈ, ਆਪਣਾ ਵਰਗੇ ਕੁਝ ਕਹਿੰਦੇ ਨਹੀਂ, ਟੋਲ ਜਾਮ ਕਰ ਦੇਣਾ ਚਾਹੀਦਾ, ਜਦੋਂ ਤੱਕ ਇਹ ਸਿੱਧਾ ਨਹੀਂ ਹੋਇਆ ਨਾ ਖੁੱਲਣਾ ਨਹੀਂ ਚਾਹੀਦਾ। ਲਾਈਟ ਬੱਤੀ ਲੱਗੀ ਹੋਏ ਬਾਈ, ਬੱਤੀ ਲੱਗੀ ਹੋਏ ਬਾਈ, ਬੰਦਾ ਨੂੰ ਪਤਾ ਚੱਲ ਜਾਏ ਅੱਗੇ ਹੈ ਖਤਰਨਾਕ ਮੋੜ ਦਾ, ਸਿਗਨਲ ਹੋਏ, ਬ੍ਰੇਕਰ ਹੋਏ, ਦੋਨੋਂ ਸਾਈਡ ਮੇਂ।